बिस्मिल्लाहिर्रहमानिर्रहीम अस्सलामु अलैकुम दोस्तों, तुसी वेख रहे हो एतमाद टीवी ते मैं तुहाडा दोस्त मंजूर अहमद। दोस्तों तुहाडे वास्ते लैके आया अज एक मज माशाल्लाह बड़ी सोहनी नस्ली है ते बाकी इहदी चुआई भी इंशाल्लाह विच करवाने आ। भाई दा नाम है की नाम है सीधा अपना? हक नवाज भाई दा नाम है। 415 पिंड दे करीब तहसील तांदलियां वाला जिला फैसलाबाद जिथे मज खड़ी है। डिटेल पहले भाई दी इस वजह तों दे रहे हैं, फिर नाल चुआई ਜਿਹੜਾ ਨਾ ਕਰਕੇ ਨਾਲ ਇਹਨਾਂ ਕੋਲ ਗੱਲਾਂ ਪੁੱਛਾਂ। ਆਪਣਾ ਨੰਬਰ ਕੀ ਹੈ ਜੀ? 0341 1931 076। 0341 1931 076 ਭਾਈ ਹੱਕ ਨਵਾਜ਼ ਦਾ ਨੰਬਰ ਜੇ ਇਹਨਾਂ ਨਾਲ ਰਾਬਤਾ ਕਰਕੇ ਜਾਂ ਸਾਡੇ ਨਾਲ ਅਗਰ ਕਿਸੇ ਦੋਸਤ ਨੂੰ ਸਮਝ ਚਾਹੁੰਦੀ ਹੈ ਤਾਂ ਕਹੋ, ਮੈਂ ਅੱਜ ਫਿਰ ਨਾਲ ਇਹਦੀ ਚੁਆਈ ਕਰਨੇ ਆ। ਲੈ ਆਓ ਤੁਸੀਂ ਨਾ ਆਪਣਾ ਬਰਤਨ ਬੁਰਤਨ ਇਹਨੂੰ ਪਸਾਓ, ਉਹਨਾਂ ਤੀਕਰ ਅਸੀਂ ਬੱਚਾ ਲਾਓ ਪਸਾਓ, ਉਹਨਾਂ ਤੀਕਰ ਅਸੀਂ ਨਾ ਨਾਲ ਦਿਖਾਈ ਰੱਖਣਾ, ਜ਼ਿਆਦਾ ਵੀਡੀਓ ਲੰਬੀ ਵੀ ਨਹੀਂ ਕਰਨੀ। ਕੱਟਾ ਥੱਲੇ ਨਾ ਕਿੰਨਵਾਂ ਸੂਆ ਸੂਈ ਹੈ? ਦੂਸਰਾ ਸੂਆ ਦੋਸਤੋ ਸੂਈ ਖੜੀ ਹੈ, ਕੱਟਾ ਥੱਲੇ ਹੈ। ਅੱਜ ਇਹਨੂੰ 10 ਤੋਂ 12 ਦਿਨ ਸੂਈ ਨੂੰ ਹੋ ਗਏ ਨੇ। ਦੁੱਧ ਜਿਹੜਾ ਉਹ ਤੁਹਾਡੇ ਸਾਹਮਣੇ ਆ ਜਾਂਦਾ। ਦੋ ਵੀ ਚੀਜ਼ ਚੁਆਈ ਕਰਵਾਉਂਦੇ ਹਾਂ, ਥਣਾਂ ਦੀ ਪਾਸਦਾਰੀ ਅਤੇ ਦੁੱਧ ਦੀ ਪਾਸਦਾਰੀ, ਉਹ ਹੈ ਤੁਹਾਨੂੰ ਕਰਵਾ ਦਿੰਦੇ ਹਾਂ। ਬਾਕੀ ਮੈਂ ਇਹਨੂੰ ਥੋੜ੍ਹਾ ਜਿਹਾ ਟੋਰ ਕੇ ਦਿਖਾਉਣਾ ਸੀ। ਚਲੋ ਇਹ ਚੁਆਈ ਕਰ ਲਓ, ਫਿਰ ਟੋਰ ਕੇ ਦਿਖਾਉਂਦੇ ਹਾਂ। ਦੋਸਤੋ ਮਾਸ਼ਾਅੱਲਾ ਦੇਖ ਲਓ, ਬੂਥੀ ਇਹਦੀ ਮੱਝ ਦੀ ਅੱਖਾਂ ਦੇਖ ਲਓ, ਸਿੰਘ ਦੇਖ ਲਓ, ਸਾਰਾ ਕੁਝ ਤੁਹਾਨੂੰ ਦਿਖਾ ਰਹੇ ਹਾਂ। ਜੋ ਚੀਜ਼ ਵੀ ਅਸੀਂ ਤੁਸੀਂ ਖੁਦ ਸਮਝਦੇ ਹੋ ਕਿ ਇਹ ਕਿਹੜੀ ਨਸਲ ਪਾਈ ਜਾਂਦੀ। ਕੁਛ ਚਲੋ ਦੱਸ ਦਿੰਦੇ ਹਾਂ ਕਿ ਮੇਰੇ ਹਿਸਾਬ ਨਾਲ ਤਾਂ ਕੁਛ ਖਾਸੀਅਤਾਂ ਜਿਹੜਾ ਨਾ ਇਹਦੇ ਵਿੱਚ ਨੀਲੀ ਦੀਆਂ ਹਨ। ਬੂਥੀ ਪਤਲੀ, ਅੱਖਾਂ ਕਾਲੀਆਂ, ਸਿੰਘ ਚੂਰਕੁੰਡ ਸਿੰਘੀ ਸੋਂ ਅਤੇ ਕਾਲੀ ਸਿਆਹ ਹਰ ਪਾਸੋਂ, ਮਤਲਬ ਕਿ ਵਾਲ ਹਰ ਵਾਲ ਕਾਲਾ ਇਸ ਉੱਪੂ ਚੱਲ, ਥੋੜ੍ਹਾ ਜਿਹਾ ਥੱਲੋਂ ਸਫੈਦ ਇਸੂ ਕੁੱਚਾਂ ਤੱਕ ਬਿਲਕੁਲ ਹੈ। ਪੂਛਲ ਦੇਖ ਲਵੋ, ਥਣ ਮਾਸ਼ਾਅੱਲਾ ਵਿਰਾਲੇ 'ਚ ਸੋਹਣਾ ਥਣ, ਲਿਬਾਸ ਸੋਹਣਾ ਬਣਾਇਆ ਸੀ ਪੁੱਠਾ ਤੁਹਾਡੇ ਸਾਹਮਣੇ। ਚੀਜ਼ਾਂ ਦੱਸ ਮੈਂ ਰਿਹਾ ਦੋਸਤੋ, ਅੱਗੇ ਪਹਿਚਾਣ ਤੁਸੀਂ ਖੁਦ ਕਰ ਲੈਣੀ ਕਿ ਚੀਜ਼ ਕੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਅੱਛੀ ਹੈ ਮਾੜੀ ਹੈ, ਤੁਸੀਂ ਮਾਸ਼ਾਅੱਲਾ ਮੇਰੇ ਨਾਲੋਂ ਬਿਹਤਰ ਜਾਣਦੇ ਹੋ। ਵੱਖੀ ਇਹਦੀ ਦੇਖ ਲਵੋ, ਬਿਲਕੁਲ ਛੋਟੀ ਹੈ। ਇਹ ਚੀਜ਼ਾਂ ਚਲ ਮੇਰੇ ਨਾਲ ਦੇ ਮੁਤਾਬਿਕ ਤੁਹਾਡੇ ਦੋਸਤਾਂ ਨੇ ਹੀ ਦੱਸਿਆ ਹੋਇਆ ਕਿ ਇਹ ਚੀਜ਼ਾਂ ਨੀਲੀ ਦੀ ਮੱਝ ਦੇ ਵਿੱਚ ਪਾਈਆਂ ਜਾਂਦੀਆਂ ਹਨ ਅਤੇ ਮਾਸ਼ਾਅੱਲਾ ਨੀਲੀ ਦੀ ਮੱਝ ਲੱਗਦੀ ਹੈ। ਬਾਕੀ ਸਾਡਾ ਇਲਾਕਾ ਤਾਂ ਨੀਲੀ ਰਾਵੀ ਕਰਾਸਦਾ, ਲੇਕਿਨ ਕੋਈ ਇੱਕ ਅੱਧਾ ਦਾਣਾ ਆ ਹੀ ਜਾਂਦਾ ਹੈ ਇਹਦੇ ਵਿੱਚ। ਇਹ ਬਾਈ ਆਪਣਾ ਹੱਕ ਨਵਾਜ਼, ਕਿੱਥੋਂ ਖਰੀਦੀ ਹੋਈ ਹੈ ਤੁਸੀਂ? ਕਬੀਰ ਵਾਲਾ, ਮਤਲਬ ਕਿ ਉੱਥੋਂ ਖਰੀਦੇ ਜੀ ਆਪਣਾ? ਸਾਡਾ ਦੋਸਤੋ ਇਲਾਕਾ ਤਾਂ ਫੈਸਲਾਬਾਦ ਦਾ ਅਤੇ ਇਹਨਾਂ ਨੇ ਆਰਫ ਵਾਲੇ ਦੇ, ਮਤਲਬ ਕਿ ਉਹ ਨੀਲੀ ਦੀ ਜੂਂ ਹੈ ਜਿੱਥੋਂ ਇਹਨਾਂ ਨੇ ਖਰੀਦੀ ਹੈ ਅਤੇ ਮਾਸ਼ਾਅੱਲਾ ਨਾ ਨੀਲੀ ਦੇ ਇਹਦੇ 'ਚ ਖਾਸੀਅਤਾਂ ਹਨ, ਕਿਉਂਕਿ ਤੁਹਾਨੂੰ ਦੋਸਤੋ ਦੱਸਿਆ, ਤੁਹਾਨੂੰ ਦਿਖਾਇਆ ਵੀ ਹੈ। ਅੱਗੇ ਤੁਸੀਂ ਇਸ ਚੀਜ਼ ਨੂੰ ਖੁਦ ਆਪ ਹੀ ਸਮਝਦੇ ਹੋ ਕਿ ਕਿਹੜੀ ਚੀਜ਼ ਇਹਦੇ ਵਿੱਚ ਨੀਲੀ ਦੀ ਹੈ ਕਿਹੜੀ ਨਹੀਂ ਹੈ। ਬਾਕੀ ਬਾਈ ਉਹ ਰਿਚੁਆਈ ਕਰਦੇ ਨੇ, ਉਹ ਤੁਹਾਨੂੰ ਨਾਲ ਨਾਲ ਦਿਖਾ ਦਿੰਦੇ ਹਾਂ। ਉਹਦਾ ਦੁੱਧ ਤੁਹਾਡੇ ਸਾਹਮਣੇ ਆ ਜਾ ਸੀਗੇ, ਮਜ਼ੀਦ ਤੁਸੀਂ ਇਹਦੇ ਖਾਸੀਅਤਾਂ ਦੇਖ ਲਵੋ। ਬਰਤਨ ਦਿਖਾਓ ਬਾਈ ਜਾਨ, ਇਹ ਦੋਸਤੋ ਬਰਤਨ,
ਅਗਾੜੀ ਮਾਜ ਦੀ ਚੋਣ ਚੁਆਈ ਕਰ ਲਵੋ। ਮੈਂ ਇਸ ਸਾਈਡ ਤੇ ਬੈਠੀ ਹਾਂ। ਇਹ ਦੋਸਤੋ ਅਗਲੇ ਥਾਂ ਮੈਂ ਕੋਈ ਨਹੀਂ ਇੱਥੇ ਬੈਠਾ, ਅਗਲੇ ਥਾਂ ਦੇ ਤਾਰਾਂ ਨਿਕਾਲ ਰਹਿਣ, ਤੁਸੀਂ ਖੁਦ ਦੇਖ ਰਹੇ ਹੋ ਕੋਈ ਚੱਟਾ ਫੁਆਰ ਨਹੀਂ ਹੈ। ਮਾਸ਼ਾਅੱਲਾ ਮਾਜ ਦਾ ਬਿਲਕੁਲ ਖੜਾ ਸੋਹਣਾ ਚੁਆ ਹੋ ਗਿਆ। ਥਾਣਾ ਦੇਖੋ ਮਾਸ਼ਾਅੱਲਾ ਪਸਮਾਨ ਦੇ ਵਿੱਚ ਕਿੱਡਾ ਸੋਹਣਾ ਥਣ ਲੱਗਾ ਹੋਇਆ ਸੀਗਾ। ਬਸ ਇੱਕ ਸਾਈਡ 'ਤੇ ਹੋ ਜਾ, ਡਰਦੀ ਭਾਈ ਅਕਨਵਾਸ ਜਿਹੜੇ ਬੱਚੇ ਨੂੰ ਕਿਸ ਰੂਟੀਨ ਨਾਲ ਪਹਿਲੇ ਛੱਡ ਰਹੇ ਹੋ? 11 ਥਣਾ ਇੱਕ ਤਕਰੀਬਨ 1.5-2 ਕਿਲੋ ਦੇ ਹਿਸਾਬ ਨਾਲ 14 ਛੱਡਣਾ। ਹਾਂ 14 ਛੱਡਣਾ, ਨਹੀਂ ਅਗਲੇ ਤੋਂ ਚੋਕ ਖੁੰਝ ਕੇ ਪਿਛਲੇ ਛੱਡ ਲਿਖਾ। ਜਿਹੜੇ ਹਿਸਾਬ ਨਾਲ ਲੱਗੇ ਆਪ ਛੱਡਦੇ ਉਸ ਹਿਸਾਬ ਨਾਲ ਚੋ ਲਿਆ। ਅਗਾੜੀ ਦਾ ਦੋਸਤੋ ਦੁੱਧ ਦੇਖ ਲਓ ਅਗਲਿਆਂ ਦੋ ਥਣਾਂ ਦਾ। ਕਿੰਨੇ ਕਿਲੋ ਦੀ ਆਪਣਾ ਬਰਤਨ ਹੈ? ਇਹ ਤਾਂ ਬਰਤਨ ਨਵਾਂ ਕਿਲੋਆਂ ਦਾ ਹੈ। ਕਿੰਨਾ ਕੁ ਹੈ ਤੁਹਾਡੇ ਅੰਦਾਜ਼ੇ ਨਾਲ? 2.5 ਕਿਲੋ ਦੁੱਧ ਅਗਲਿਆਂ ਦੋ ਥਣਾਂ ਦਾ ਦੋਸਤੋ ਹੈ ਜਿਹੜਾ ਤੁਸੀਂ ਦੇਖ ਰਹੇ ਹੋ। ਹੁਣ ਪਿਛਲਿਆਂ ਦੀ ਚੁਆਈ ਕਰਨ ਲੱਗਿਆ ਦੋਵਾਂ ਹੱਥਾਂ ਨਾਲ ਆਪਣੇ ਹਿਸਾਬ ਨਾਲ ਚੋ ਮਾਰਦੇ
ਬਾਜ਼ੂ ਮਾਮਾ ਹਾਂ ਮਾਮਾ ਵੀ ਆਇਆ ਅੰਮਾ ਹਾਂ ਕੇਕ ਲਓ ਖੁਦਾ ਇੱਠ ਚੋਸੀ ਚਲੋ ਕਰ ਬੱਚਿਆਂ ਨੂੰ ਆਪਣੇ ਹਿਸਾਬ ਨਾਲ ਛੱਡ ਲਿਆ ਜਿੰਨਾ ਛੱਡਣਾ ਹੋਣਾ ਹੈਗਾ ਕੋਈ ਨਹੀਂ ਆਪਣੇ ਹਿਸਾਬ ਨਾਲ ਬਾਈ ਛਾੜ ਲਾ ਜਿਹੜਾ ਹੈ ਦੋਸਤੋ ਦੁੱਧ ਜੇ ਇਹ ਕਿੰਨੇ ਕਿਲੋ ਦੀ ਬਰਤਨ 9 ਕਿਲੋ ਦਾ ਬਰਤਨ ਜੇ ਅਤੇ ਇਹਦੇ ਵਿੱਚ ਮਾਰ ਲਓ ਗੱਡਵੀ ਮਾਰ ਲਓ ਚਲੋ ਇਹ ਨਜ਼ੇ ਨਚ ਰਿਹਾ ਜਾਵੇ ਦੋਸਤਾਂ ਦੇ ਮੈਂ ਦੂਸਰਾ ਮੱਝ ਚੱਡਾ ਵੀ ਖਾ ਮਾਝ ਕਿਵੇਂ ਛੱਡਿਆ ਕੁੰਡਾ ਤੁਸੀਂ ਗੱਡਵੀ ਮਾਰ ਲਵੋ ਤੁਸੀਂ ਆ ਬਰਤਨ ਦੱਸੋ ਆ ਕਿੰਨੇ ਕਿਲੋ ਦਾ ਗੱਡਵੀ ਮਾਰਨ ਦੀ ਆਪਣੇ ਜ਼ਰੂਰਤ ਹੀ ਕੋਈ ਨਹੀਂ ਉੱਪਰ ਨਹੀਂ ਮਾਰ ਲੈਂਦੇ ਹਾਂ ਵੀਡੀਓ ਜ਼ਿਆਦਾ ਲੰਬੀ ਜਿਹੜਾ ਹੋ ਜਾਣੀ ਇਸ ਵਜ੍ਹਾ ਤੋਂ ਚੁੱਪ ਕਰ ਸੱਖੂ ਆ ਤਿੰਨ ਹੋ ਗਏ ਕਿੰਨਾ ਦੱਸਦਾ 7 ਹੋ ਗਿਆ 7 ਤੇ ਤਕਰੀਬਨ ਉੱਤੇ ਕੋਈ ਅੱਧਾ ਕੇ ਪਾ 7 ਕਿਲੋ ਜਿਹੜਾ ਟਾਈਮ ਦਾ ਦੋਸਤੋ ਬੱਚੇ ਨੂੰ ਬਾਕੀ ਆ ਬੱਚੇ ਨੂੰ ਦੇਖ ਲਵੋ ਤੁਸੀਂ ਚਲੋ ਜ਼ਿਆਦਾ ਨਾ ਹੀ ਕਰੋ ਤੇ ਕੋਈ 3-1 ਬਾਅਦ ਲਾਜ਼ਮੀ ਛੱਡਿਆ ਇਹਨੇ ਜਿਹੜਾ ਬੱਚਾ ਚੁੰਗੀ ਖੜਾ ਚਲੋ ਕਿਲੋ ਡੇਢ ਤੁਸੀਂ ਨਹੀਂ ਕਹਿੰਦੇ
ਲੋ ਕਿਲੋ ਵੀ ਕਹਿ ਰਹੇ ਹੋ, ਲੇਕਿਨ ਮੇਰੇ ਹਿਸਾਬ ਨਾਲ ਅੱਧਾ ਕਿਲੋ ਤੋਂ ਤਿੰਨ ਪਾ ਤੁਸੀਂ ਕਰ ਲਓ, ਜਿਹੜਾ ਬੱਚੇ ਨੂੰ ਛੱਡਿਆ ਇੰਨੇ ਕੇ, ਮਤਲਬ ਕਿ 16 ਕਿਲੋ ਮੈਂ ਇੱਥੇ ਦੁੱਧ ਹੈ ਪੱਕਾ ਦੋਨਾਂ ਟਾਈਮਾਂ ਤੋਂ। ਅਤੇ ਇਹਦੀ ਹੁਣ ਕੀਮਤ ਕਿੰਨੀ ਹੈ? ਚਲੋ ਇਹਦੀ ਹੁਣ ਫਾਈਨਲ ਕੀਮਤ ਜਿਹੜੀ ਪੱਕੀ ਜੀ ਲੈਣੀ ਨੇ ਜਿਤਨੀ ਉਹ ਦੱਸੋ। 2,70,000 ਚਲੋ ਦੋਸਤੋ, ਅਗਰ ਕਿਸੇ ਨੂੰ ਸਮਝ ਆਉਂਦੀ ਨੇ ਇਨਸ਼ਾਲਾ ਮਜ਼ੀਦ ਕੋਸ਼ਿਸ਼ ਕਰਸਾਂ ਅੱਗੇ ਇਹਨਾਂ ਕੋਲ ਜਿੰਨਾ ਹੋ ਸਕਿਆ ਘੱਟ ਕਰਾਈਏ। ਠੀਕ ਹੈ ਦੋਸਤੋ, ਅਗਲੀ ਵੀਡੀਓ ਤੱਕ ਦੇ ਇਜਾਜ਼ਤ, ਅੱਲਾ ਹਾਫਿਜ਼।